ਝਟਕਾ ਦੇ ਦੋ ਕਹਾਂ ਜੀ ਜਾਣ ਕੇ ਦੇ ਚਾਬੀ ਨੂੰ ਦੇ ਦੇ ਮੰਨ ਗਿਆ ਜੇ ਮੈਡਮ ਨੂੰ ਲਾ ਲਵੋ ਨਾ ਲੈਣਾ ਹੁਣ ਵੈਰੀ ਗੁੱਡ ਸਾਹਿਬ ਜੀ ਮੰਨ ਗਿਆ ਜੇ ਪਾਪਾ ਜੀ ਕਿਹਨਾਂ ਦਾ ਘਰ ਸੀ ਤੇ ਕੀ ਲੱਗਦੇ ਸੀ ਤੁਹਾਡੇ ਨਾਲ ਇਹ ਮੇਰਾ ਛੋਟਾ ਲੜਕਾ ਫੌਜ ਵਿੱਚ ਨੌਕਰੀ ਕਰਦਾ ਸੀ ਉਹਦੀ ਬਦਲੀ ਹੋ ਗਈ ਪਟਿਆਲੇ ਸਰਬੱਤ ਸਿੰਘ ਉਹਦਾ ਨਾਮ ਕਿੱਦਾਂ ਪਤਾ ਲੱਗਿਆ ਚੋਰੀ ਹੋਈ ਇਹ ਅਸੀਂ ਅੱਜ ਆਏ ਸੀ ਵੀ ਚਲੋ ਉੱਧਰ ਫੇਰਾ ਮਾਰੇ ਸਫਾਈ ਸਫੂਈ ਕਰਾਉਣੀ ਸੀ ਤੇ ਆਣ ਕੇ ਵੇਖਿਆ ਤਾਂ ਦਰਵਾਜ਼ੇ ਸਾਰੇ ਟੁੱਟੇ ਤੇ ਕਿੰਨਾ ਕੁ ਨੁਕਸਾਨ ਹੋਇਆ ਅੰਦਰ ਨੁਕਸਾਨ ਦਾ ਸਰ ਜੀ ਮੈਨੂੰ ਕੋਈ ਪਤਾ ਨਹੀਂ ਉਹ ਮੇਰਾ ਬੇਟਾ ਆਏਗਾ ਇੱਥੇ ਤੇ ਉਹਦੇ ਕੋਲ ਪਤਾ ਲੱਗਣਾ ਵੀ ਕੀ ਨੁਕਸਾਨ ਹੋਇਆ ਇੱਥੇ ਦੇ ਅੱਗੇ ਵੀ ਬਹੁਤ ਚੋਰੀਆਂ ਹੋ ਜਾਣੇ ਪਰ ਸਾਨੂੰ ਅਜੇ ਤਾਂ ਕੋਈ ਪਤਾ ਨਹੀਂ ਪੁਲਿਸ ਵਾਲੇ ਆਏ ਸੀ ਕੋਈ ਹਾਂ ਪੁਲਿਸ ਵਾਲੇ ਆਏ ਉਹਨਾਂ ਨੇ ਕੋਈ ਤੁਹਾਡੇ ਲਿਖੇ ਬਿਆਨ ਜੀ ਉਹਨਾਂ ਮੇਰੇ ਨਾਮ ਪਤਾ ਪੁੱਛਿਆ ਤੇ ਦਰਖਤ ਕਰਾ ਲਏ ਬਾਕੀ ਰਿਪੋਰਟ ਉਹਨਾਂ ਪੂਰੀ ਲਿਖੀ ਕੀ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਤੁਸੀਂ ਮੈਂ ਆਪਣੇ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤਾ ਉਹਨੂੰ ਫੜਿਆ ਜਾਵੇ ਸਰ ਸਾਡੇ 17 ਤਰੀਕ ਨੂੰ ਰਾਤ ਨੂੰ ਚੋਰੀ ਹੋਏਗੀ ਆਈ ਟੀ ਦੇ ਵਿੱਚ ਤੇ ਚਲੋ ਉੱਧਰ ਵੀ ਰਾਤ ਨੂੰ ਫੜ ਲਏ ਸੀ ਚੋਰ ਪੁਲਿਸ ਵਾਲਾ ਕਰਤਾ ਸੀਗਾ ਤੇ ਉਹਨਾਂ ਨੇ ਸਵੇਰੇ ਉਹਦੇ ਮਤਲਬ ਤਰਸ ਦੇ ਆਧਾਰ ਤੇ ਉਹਦੇ ਰਸੌਲੀ ਸੀਗੀ ਢਿੱਡ ਦੇ ਵਿੱਚ ਤੇ ਛੱਡ ਦਿੱਤਾ ਉਸ ਤੋਂ ਬਾਅਦ ਸਾਨੂੰ ਦੂਜੇ ਦਿਨ ਪਤਾ ਲੱਗਿਆ ਵੀ ਚੋਰੀ ਹੋ ਗਈ ਹੈ ਪਿੰਡ ਦੇ ਵਿੱਚ 50,000 ਰੁਪਏ ਕੱਢ ਕੇ ਲੈ ਗਏ ਨੇ ਚਲੋ ਇਹਨਾਂ ਨੇ ਛੱਡ ਦਿੱਤਾ ਮੁੜ ਕੇ ਅਸੀਂ ਉਹਨਾਂ ਦੀ ਸ਼ੂਹ ਰੱਖੀ ਹੈ ਮੁੰਡਿਆਂ ਦੀ ਕੱਲ੍ਹ ਫਿਰ ਸਾਨੂੰ ਸ਼ੱਕ ਪਿਆ ਵਾ ਕਿ ਉਹ ਮੁੰਡੇ ਘਰ ਦੇ ਵਿੱਚ ਸੀਗੇ ਔਰ ਆਪਾਂ ਪੁਲਿਸ ਦੀ ਟੀਮ ਨੂੰ ਨਾਲ ਖੜਿਆ ਮੇਰੇ ਨਾਲ ਇੱਕ ਮਿੱਤਰ ਸੀਗੇ ਮੇਰੇ ਗਗਨ ਜੀ ਉਹ ਗਏ ਨੇ ਨਾਲ ਤੇ ਆਪਾਂ ਜਦੋਂ ਐਂਟਰੀ ਕੀਤੀ ਘਰ ਦੇ ਵਿੱਚ ਤੇ ਉੱਥੇ ਕੁਝ ਨਹੀਂ ਮਿਲਿਆ ਪਰ ਸਾਨੂੰ ਇਹ ਸ਼ੂਹ ਸੀ ਵੀ ਮੁੰਡਾ ਘਰ ਦੇ ਵਿੱਚ ਹੀ ਆ ਲਗਭਗ ਘੰਟਾ ਡੇਢ ਘੰਟਾ ਹੀ ਜਦੋਂ ਜਾਰੀ ਕੀਤੀ ਸਾਰਾ ਕੁਝ ਫੋਲ ਲਿਆ ਪਰ ਸਾਨੂੰ ਲੱਭਾ ਨਹੀਂ ਉਹ ਮੁੰਡਾ ਨਹੀਂ ਲੱਭਾ ਪਰ ਜਦਕਿ ਸਾਨੂੰ ਸ਼ੂਹ ਸੀਗੀ ਵੀ ਮੁੰਡਾ ਘਰੇ ਸੀਗਾ ਇੱਕ ਗੱਟ ਦੀ ਅਲਮਾਰੀ ਸੀਗੀ ਪਰ ਉਹਦੀ ਵਾਈਫ ਨੂੰ ਅਸੀਂ ਪੁੱਛਿਆ ਵੀ ਇਹਨੂੰ ਅਲਮਾਰੀ ਨੂੰ ਖੋਲੋ ਪਰ ਉਹਦੀ ਵਾਈਫ ਜਿਹੜੀ ਸੀ ਉਹਦੇ ਨਾਲ ਰਲੀ ਹੋਈ ਸੀ ਉਹਨੇ ਬਸ ਇਹ ਬੱਚੇ ਨੂੰ ਵੀ ਚਾਬੀ ਗਵਾਤੀ ਹੈ ਕਿਤੇ ਨਾ ਕਿਤੇ ਡਿੱਗ ਪਈ ਹੈ ਚਾਬੀ ਅਤੇ ਆਪਾਂ ਵੀ ਚਲੋ ਮਹਿਸੂਸ ਕੀਤਾ ਵੀ ਸ਼ੋਰ ਅਲਮਾਰੀ ਦੇ ਵਿੱਚ ਨਾ ਹੋਏ ਆਪਾਂ ਲਗਭਗ 1-1.5 ਘੰਟੇ ਦੀ ਜਦੋਂ ਜਦ ਦੇ ਬਾਹਰ ਆਪਾਂ ਘਰ ਬਾਹਰ ਆ ਗਏ ਹਾਂ ਪਰ ਫਿਰ ਵੀ ਸਾਡਾ ਜਿਹੜਾ ਮਨ ਸੀ ਨਾ ਮੰਨਿਆ ਨਹੀਂ ਵੀ ਅਲਮਾਰੀ ਦੇ ਵਿੱਚ ਹੋ ਸਕਦਾ ਉਹ ਚੋਰ ਤਾਂ ਨਾ ਹੋਵੇ ਪਰ ਕੁਛ ਨਾ ਕੁਛ ਸਾਨੂੰ ਕਲਿਊ ਜ਼ਰੂਰ ਮਿਲ ਸਕਦਾ ਵਾ ਆਪਾਂ ਫਿਰ ਅੰਦਰ ਗਏ ਹਾਂ ਉਹਦੇ ਕੋਲ ਚਾਬੀ ਮੰਗੀ ਆ ਉਹਦੀ ਵਾਈਫ ਨੇ ਚਾਬੀ ਨਹੀਂ ਦਿੱਤੀ ਹੈਗੀ ਆਪਾਂ ਕੀ ਕੋਸ਼ਿਸ਼ ਕੀਤੀ ਆ ਕਿ ਪਹਿਲਾਂ ਪਲਾਸ ਨਾਲ ਨੱਟ ਖੋਲਦੇ ਹਾਂ ਫਿਰ ਗਗਨ ਜੀ ਮੈਂ ਯਾਰ ਅਲਮਾਰੀ ਜਿਹੜੀ ਆ ਲੱਕੜ ਦੀ ਆ ਮਾਰਾ ਜਿਹਾ ਖਿੱਚਾ ਮਾਰੋ ਉਹਨੂੰ ਉਹਨਾਂ ਨੇ ਖਿੱਚਾ ਮਾਰਿਆ ਵਾ ਔਰ ਅਲਮਾਰੀ ਦੇ ਥੱਲੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਕਿੱਥੇ ਲੁਕਿਆ ਦਾ ਸੀਗਾ ਲਗਭਗ ਘੰਟੇ ਤੋਂ 1.5 ਘੰਟੇ ਦੇ ਉਹ ਮਤਲਬ ਉੱਥੇ ਅਲਮਾਰੀ ਵਿੱਚ ਲੁਕਿਆ ਰਿਹਾ ਔਰ ਸਾਡੀ ਮੰਗ ਇਹ ਆ ਕਿ ਇੱਕ ਤਾਂ ਦੇਖੋ ਉਹਦੀ ਵਾਈਫ ਜਿਹੜੀ ਆ ਬਿਲਕੁਲ ਉਹਦੇ ਨਾਲ ਰਲੀ ਹੋਈ ਆ ਜਿਹਨੇ 1-1.5 ਘੰਟਾ ਸਾਨੂੰ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੱਤਾ 3 ਮੁਲਾਜ਼ਮ ਪਲੱਸ 2 ਜਣੇ ਅਸੀਂ ਜਿਹਨਾਂ ਨੂੰ ਪੂਰਾ ਉਹਨੇ ਮਤਲਬ ਗੱਦੀ ਗੇਅਰ 'ਚ ਪਾ ਕੇ ਰੱਖਿਆ ਠੀਕ ਹੈ ਔਰ ਸਾਡੀ ਮੰਗ ਇਹ ਆ ਕਿ ਚਲੋ ਇੱਕ ਤਾਂ ਬਿਮਾਰ ਆ ਚਲੋ ਉਹ PGI 'ਚ ਸ਼ਾਇਦ ਸ਼ਿਫਟ ਵੀ ਕਰਤਾ ਪਰ ਉਹਦੇ ਨਾਲ ਇੱਕ ਉਹਦਾ ਭਰਾ ਸੀਗਾ ਉਹਨੂੰ ਫੜਿਆ ਜਾਵੇ ਪੁੱਛਗਿੱਛ ਕੀਤੀ ਜਾਵੇ ਪਲੱਸ ਉਹਦੀ ਘਰ ਦੀ ਨਾਲ ਲੜੀ ਹੋਏਗੀ ਕਿਉਂਕਿ ਸਾਡੇ ਪਿੰਡ ਦੇ ਵਿੱਚ 16-17 ਚੋਰੀਆਂ ਹੋ ਚੁੱਕੀਆਂ ਨੇ ਸਾਨੂੰ ਇਹ ਡਾਊਟ ਆ ਕਿ ਸਾਡੇ ਪਿੰਡ ਦਾ ਕੋਈ ਨਾ ਕੋਈ ਉਸ ਗੈਂਗ ਦੇ ਨਾਲ ਰਲਿਆ ਹੋਇਆ ਵਾ ਅਸੀਂ ਇਹ ਚਾਹੁੰਦੇ ਹਾਂ ਵੀ ਕਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲ ਦਾ ਨੁਕਸਾਨ ਨਾ ਹੋ ਸਕੇ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਦਾ ਹੱਲ ਕੀਤਾ ਜਾਵੇ ਉਹਦੇ ਦੂਸਰੇ ਭਰਾ ਨੂੰ ਫੜ ਕੇ ਜਾਂ ਉਹਦੀ ਵਾਈਫ 'ਤੇ ਵੀ ਮਤਲਬ ਇਹ ਚੀਜ਼ ਦਾ ਹੋਣਾ ਚਾਹੀਦਾ ਵਾ ਵੀ ਉਹ ਨਾਲ ਰਲੀ ਹੋਈ ਆ ਔਰ ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਜਿਹੜਾ ਪਿੰਡ ਦਾ ਕੋਈ ਨਾਲ ਰਲਿਆ ਦਾ ਵਾ ਨਾ ਉਹਨੂੰ ਫੜਿਆ ਜਾਵੇ ਬਸ ਅਸੀਂ ਇਸ ਜੜ ਤੱਕ ਜਾਣਾ ਚਾਹੁੰਦੇ ਹੋਰ ਕੋਈ ਗੱਲ ਨਹੀਂ ਸਰ ਚੋਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਆਪਣੇ ਘਰ ਆਇਆ ਵਾ ਅਤੇ ਅਸੀਂ ਜਦੋਂ ਗਏ ਹਾਂ ਨਾਲ ਮਦਈ ਪਾਰਟੀ ਵੀ ਨਾਲ ਗਈ ਸਾਡੇ ਨਾਲ ਸਰਪੰਚੀ ਵੀ ਹਾਜ਼ਰੀ ਉੱਥੇ ਸਰਪੰਚ ਦੀ ਹਾਜ਼ਰੀ ਵਿੱਚ ਉਹਨੂੰ ਅਲਮਾਰੀ ਦੇ ਵਿੱਚੋਂ ਕੱਢਿਆ ਅਸੀਂ ਉਹਨੂੰ ਅਲਮਾਰੀ ਕੱਢ ਕੇ ਇੱਥੇ ਲਿਆਂਦਾ ਅਤੇ ਇੱਥੇ ਆ ਕੇ ਉਹਨੇ ਆਪਣੇ ਜ਼ਖਮ ਜਿਹੜਾ ਆਪਰੇਸ਼ਨ ਹੋਇਆ ਸੀ ਉਹਨੇ ਆਪਣੇ ਆਪ ਨੂੰ ਛੇੜ ਲਿਆ ਅਤੇ ਫਿਰ ਸਾਡੇ ਅਫਸਰਾਂ ਦੇ ਨੋਟਸ ਵਿੱਚ ਲਿਆਂਦਾ ਅਤੇ ਅਫਸਰਾਂ ਨੇ ਕਹਿੰਦੇ ਇਹਨਾਂ ਨੂੰ ਛੱਡ ਦਿਓ ਇਹਨੂੰ
ਅਸੀਂ ਕਿਸੇ ਦੇ ਹਵਾਲੇ ਕਰਤਾ, ਉਹਨੇ ਮੁਹਰਬਰ ਬੰਦਿਆਂ ਦੇ ਹਵਾਲੇ ਕਰ ਦਿੱਤਾ। ਹੁਣ ਇਸ ਵਕਤ ਉਹ ਜਿਹੜਾ ਵਾ ਬੰਦਾ ਉਹ ਪੀ ਜੀ ਆਈ ਦਾਖਲ ਆ, ਪੀ ਜੀ ਆਈ ਰੈਫਰ ਕਰਦਾ ਉਹਨੂੰ। ਉੱਥੇ ਚੋਰੀ ਉਹ ਆਉਂਦੇ ਸਾਡੇ 50,000 ਰੁਪਇਆ ਚੋਰੀ ਹੋਇਆ ਵਾ। ਅਤੇ ਚਲੋ ਦੂਜਾ ਜਿਹੜਾ ਉਹਦਾ ਭਰਾ ਵਾ, ਉਹ ਅਸੀਂ ਟਰਾਈ ਕਰਦੇ ਹਾਂ ਕਿ ਉਹਨੂੰ ਮਿੰਟੋ ਜਲਦੀ ਜਲਦੀ ਉਹਨੂੰ ਗ੍ਰਿਫਤਾਰ ਕਰ ਦਈਏ ਉਹਨੂੰ, ਤਾਂ ਜੋ ਪਤਾ ਲੱਗ ਸਕੇ ਕਿ ਇਹਦੇ ਵਿੱਚ ਹੋਰ ਤਾਂ ਨਹੀਂ ਕੋਈ ਬੰਦਾ, ਕੋਈ ਇੱਥੇ ਇਨਵਾਲਵ ਕੋਈ ਸਾਡੇ ਤੁਹਾਡੇ ਮੁਹੱਲੇ ਦਾ ਕੋਈ। ਅਲਮਾਰੀ ਇੱਕ ਕਾਫੀ ਘੰਟਾ ਕੁ ਅਸੀਂ ਉੱਥੇ ਰਹੇ ਹਾਂ, ਅਤੇ ਘੰਟੇ ਦੇ ਵਿੱਚ ਉਹਨਾਂ ਨੇ ਕੋਈ ਵੀ ਹਿਲਜੋਲ ਨਹੀਂ ਕੀਤੀ। ਫਿਰ ਸਾਨੂੰ ਪੱਕਾ ਸ਼ੱਕ ਹੋ ਗਿਆ ਕਿ ਅਲਮਾਰੀ ਵਿੱਚ ਆ, ਅਲਮਾਰੀ ਨੂੰ ਅਸੀਂ ਫਿਰ ਖਿਲਾ ਕੇ ਅਤੇ ਫਿਰ ਉਹਦੇ ਵਿੱਚੋਂ ਕੱਢਿਆ ਉਹਨੂੰ। ਦੇਖਦੇ ਹਾਂ ਜੇ ਉਹ ਦੂਜਾ ਮੁੰਡਾ ਫੜਿਆ ਜਾਂਦਾ ਤਾਂ ਉਹਦੇ ਵਿੱਚ ਪੁੱਛਗਿੱਛ ਵਿੱਚ ਕੀ ਆਉਂਦਾ ਵਾ। ਅਸੀਂ ਹੁਣ ਗਾਂਹ ਅੱਗੇ ਤੋਂ ਆਪਣੀਆਂ ਪੀ ਸੀ ਆਰ ਉੱਥੋਂ ਵਧਾ ਦਿੰਦੇ ਹਾਂ, ਗਸ਼ਤ ਵਧਾ ਦਿੰਦੇ ਹਾਂ, ਗਸ਼ਤ ਵਧਾ ਕੇ ਅਤੇ ਤਾਂ ਜੋ ਅੱਗੇ ਤੋਂ ਗਾਂਹ ਇਹੋ ਜਿਹੀ ਗੱਲਬਾਤ ਕੋਈ ਚੋਰੀ ਨਾ ਹੋ ਸਕੇ। ਅੱਜ ਉਹ ਮੁਹੱਲੇ ਵਾਲੇ ਤੁਹਾਡੇ ਕੋਲ ਇਕੱਠੇ ਹੋ ਗਏ ਵੀ ਆਏ, ਕੀ ਸੋਚਦੇ? ਉਹਨਾਂ ਨੂੰ ਇਹੋ ਹੀ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਉੱਥੇ ਅਸੀਂ ਆਪਣੇ ਪੀ ਸੀ ਆਰ ਦੀ ਗਸ਼ਤ ਵਧਾਵਾਂਗੇ ਅਤੇ ਉਹਨਾਂ ਨੂੰ ਕੰਟਰੋਲ ਕਰਾਂਗੇ।